मोदी झोटा वह सुट रहा ए कट्टे का की अर्थ है साढ़े मूहे कट्टा कौन कट्टा भगवंत मान वह झोटे सुट गया पर चार साल लग जा पांच साल यदि गोडी लवा के जावे इस बाबा जी दिल तो क्यों उतरे हुए भगवंत मान साहब इन्ना मतलब सख्त शब्दों का इस्तेमाल जब कुछ गलते पूरे नहीं उतरते दिल तो उतर नहीं है फिर ਤੁਹਾਨੂੰ ਅਸੀਂ ਕਹਿਤਾ ਬੁੜੀਆਂ ਨੇ ਕਹਿੰਦੇ ਤੁਸੀਂ ਹੁਣ ਜਾਓ ਕਹਿੰਦੇ ਅਸੀਂ ਵਿਹਲੀਆਂ ਇੱਥੇ ਔਰ ਇਹ ਮੌਜ ਹੈ ਮੌਜ ਨਜ਼ਾਰਾ ਹੀ ਹੈ ਅਸੀਂ ਜਾਣ ਲਾਉਣ ਨੂੰ ਤਿਆਰ ਮੋਦੀ ਸਾਹਿਬ ਵਧੀਆ ਫਿਰ ਪੰਜਾਬ ਦੇ ਸੀਐਮ ਸਾਹਿਬ ਵਧੀਆ ਨਾ ਮੋਦੀ ਵਧੀਆ ਨਾ ਪੰਜਾਬ ਦੀ ਟੀਮ ਵਧੀਆ ਗਈ ਇਸ ਨੇ ਸਾਡਾ ਬੇੜਾ ਗਰਕ ਕਰਤਾ ਪੰਜਾਬ ਦਾ ਬੰਨ ਕੇ ਸੰਤਰੀ ਪੱਗ ਪੱਗ ਸੰਗ ਵਾਲੀ ਪਾ ਕੇ ਪਰਨਾ ਉਹਦੇ ਉਹਦਾ ਰੂਪ ਧਾਰ ਕੇ ਲੋਕਾਂ ਨੂੰ ਸਾਰੇ ਆਮ ਜਿਹੜੇ ਭੁਲੇਖੇ ਜੇ ਪਾ ਕੇ ਲੁੱਟਿਆ ਗਾ ਭਗਤ ਸਿੰਘ ਦੀ ਜਿਹੜੇ ਇੱਕੋ ਹੀ ਕਬੀਲਾ ਤੋਂ ਛੱਡਿਆ ਹੋਵੇ ਅਸੀਂ ਧੋਣਾ ਕਟਾ ਦਿਆਂਗੇ ਲੋਕਾਂ ਨੂੰ ਗੁਮਰਾਹ ਕੀਤਾ ਭਗਤ ਸਿੰਘ ਦੀ ਦਾ ਸਾਜਬਾਜ ਬਣਾ ਕੇ ਲੋਕਾਂ ਨੂੰ ਗੁਮਰਾਹ ਕਰਕੇ ਵੋਟਾਂ ਲਈਆਂ ਬਾਬਾ ਜੀ ਦੇਖ ਰਿਹਾ ਸਾਰਾ ਸਮਾਨ ਤੁਸੀਂ ਤਾਂ ਲਿਆ ਹੈ ਲੰਬੇ ਅੰਦੋਲਨ ਦੀ ਤਿਆਰੀ ਹੈ ਦਿੱਲੀ ਵਾਂਗ ਲੰਬਾ 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 ਬਿਨਾਂ ਕੰਮ ਨਹੀਂ ਚੱਲਦਾ ਨਾ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਚਾਹ ਦਾ ਲੰਗਰ ਚੱਕ ਰਹੇ ਹੋ ਹਾਂਜੀ ਹਾਂ ਅੱਛਾ ਤੇ ਕੀ ਲੱਗਦਾ ਹੈ ਮਤਲਬ ਇਹ ਕਦੋਂ ਤੱਕ ਧਰਨਾ ਚੱਲੇਗਾ ਜਾਂ ਫਿਰ ਦਿੱਲੀ ਦੀਆਂ ਬਰੂਹਾਂ ਤੇ ਜਿਵੇਂ ਕਿਸਾਨਾਂ ਦਾ ਧਰਨਾ ਚੱਲਿਆ ਸੀ ਜਦ ਤੱਕ ਮੰਗ ਨਹੀਂ ਮੰਨਦੇ ਭਗਵੰਤ ਮਾਨ ਸੀਐਮ ਸਾਹਿਬ ਤੁਸੀਂ ਨਹੀਂ ਹਟੋਗੇ ਨਾ ਨਹੀਂ ਨਹੀਂ ਹਟਦੇ ਨਹੀਂ ਹਟਦੇ ਨਹੀਂ ਦਿੱਲੀ ਮਗ ਜਿਵੇਂ ਚੱਲੂਗਾ ਕੀ ਚੱਲਾਂਗੇ ਮਗਰ ਨਹੀਂ ਹਟਦੇ ਅਸੀਂ ਪੂਰੀ ਤਿਆਰੀ ਖਿੱਚੀ ਪੂਰੀ ਤਿਆਰੀ ਖਿੱਚੀ ਵੀ ਹੈ ਮਗਰ ਨਹੀਂ ਹਟਦੇ ਪੂਰੀ ਤਿਆਰੀ ਹੈ ਜਦੋਂ ਨਿਬੜੂਗਾ ਫਿਰ ਹੋ ਜਾਵਾਂਗੇ ਬਾਬਾ ਜੀ ਕੀ ਮਜਬੂਰੀ ਹੈ ਸਰਕਾਰ ਦੀ ਜੋ ਤੁਹਾਡੀ ਸੁਣ ਨਹੀਂ ਰਹੀ ਇੰਨਾ ਟਾਈਮ ਹੋ ਗਿਆ ਤੁਹਾਨੂੰ ਬੈਠੇ ਹੋਏ ਲਲਕਾਰ ਦਿਵਸ ਤੋਂ ਬਾਅਦ ਵੀ ਲਗਾਤਾਰ ਤੁਸੀਂ ਰੋਹ ਦੇ ਵਿੱਚ ਹੋ ਇਹਦਾ ਪੂਰੇ ਹੋ ਤਾਂ ਜਨਾ ਸਾਡੇ ਹੋ ਨਹੀਂ ਕਰਦਾ ਇਹ ਜਮੇ ਨਹੀਂ ਮੰਨਦੇ ਨਾ ਇੱਥੋਂ ਚੱਕੇ ਧਰਨਾ ਇਹਦਾ ਦਿੱਲੀ ਵਾਂਗੂ ਧਰਨਾ ਲਾ ਕੇ ਰੱਖਾਂਗੇ ਹਾਂ ਸਾਨੂੰ ਕਿਸੇ ਦਾ ਡਰ ਨਹੀਂ ਪਾਉਣੀ ਉਹ ਮਰਜ਼ੀ ਉਹ ਕਰ ਲਏ ਅਸੀਂ ਜਿੰਨਾ ਚਿਰ ਹੋ ਨਹੀਂ ਕਰਦਾ ਅਸੀਂ ਜਮੀ ਨਹੀਂ ਹਲਦੇ ਇੱਥੋਂ ਇਹਦਾ ਦਿੱਲੀ ਨੂੰ ਪੜਦੇ ਹੋ ਕਰਕੇ ਰੱਖਾਂਗੇ ਉਰੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਬਾ ਜੀ ਉਗਰਾਹਾ ਬਾਰੇ ਮੈਂ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜੋਗਿੰਦਰ ਸਿੰਘ ਉਗਰਾਹਾ ਸਾਹਿਬ ਜਿਹੜੇ ਹੈਗੇ ਆ ਕਾਫੀ ਇੱਕ ਤਕੜੇ ਲੀਡਰ ਦੇ ਤੌਰ ਤੇ ਉਹਨਾਂ ਨੂੰ ਜਾਣਿਆ ਜਾਂਦਾ ਹੈ ਫੌਜੀ ਉਹਨਾਂ ਦਾ ਬੈਕਗ੍ਰਾਉਂਡ ਦੇਖਿਆ ਜਾਵੇ ਤਾਂ ਫੌਜ ਤੋਂ ਰਿਟਾਇਰ ਨੇ ਉਸ ਤੋਂ ਬਾਅਦ ਕਿਸਾਨੀ ਕਿੱਤੇ ਤੋਂ ਉਹਨਾਂ ਦਾ ਤਾਲੁਕ ਹੈ ਸੁਨਾਮ ਤੋਂ ਤਾਲੁਕ ਰੱਖਦੇ ਹੈ ਤੇ ਸੁਨਾਮ ਵੀ ਹਾਲਾਂਕਿ ਸੰਗਰੂਰ ਹਲਕੇ ਦੇ ਵਿੱਚ ਆਉਂਦਾ ਪਰ ਕਿਹਾ ਜਾਂਦਾ ਨਾ ਕਿ ਫੌਜੀਆਂ ਦਾ ਸੁਭਾਅ ਇੱਦਾਂ ਹੁੰਦਾ ਕਿ ਅੜੀ ਜੇ ਅੜ ਗਏ ਤਾਂ ਫਿਰ ਆਪਣਾ ਕੱਢ ਕੇ ਰਹਿਣਾ ਹੀ ਉਹ ਗੱਲ ਉਹੀ ਗੱਲ ਹੋਊ ਉਹੀ ਗੱਲ ਅਸੀਂ ਜਿਹੜਾ ਝੋਟਾ ਸੀ ਮੋਦੀ ਝੋਟਾ ਉਹ ਸੁੱਟ ਰਿਹਾ ਇਹਦਾ ਕੱਟੇ ਦਾ ਇਹਦਾ ਕੀ ਅਰਥ ਆ ਸਾਡੇ ਮੂਹਰੇ ਕੱਟਾ ਕੌਣ ਕੱਟਾ ਭਗਵੰਤ ਮਾਨ ਉਹ ਝੋਟੇ ਸੁੱਟ ਗਿਆ ਸੀ ਪਰ ਚਾਰ ਸਾਲ ਲੱਗ ਜਾਂ ਪੰਜ ਸਾਲ ਇਹਦੀ ਗੋਡੀ ਲਵਾ ਕੇ ਜਾਵਾਂਗੇ ਇਸ ਤਾਂ ਕੀ ਪਰ ਤੁਹਾਨੂੰ ਲੱਗਦਾ ਨਹੀਂ ਹੈ ਕਿ ਹਾਲਾਂਕਿ ਉਮਰ ਦੇ ਵਿੱਚ ਤੁਹਾਡੇ ਛੋਟਾ ਹੈ ਵੀ ਸੀਐਮ ਹੈ ਪੰਜਾਬ ਦਾ ਕੱਟਾ ਕਿਹੜਾ ਠੀਕ ਨਾ ਨਾ ਝੋਟੇ ਨੂੰ ਸੁੱਟ ਗਏ ਵੱਡੇ ਨੂੰ ਇਹ ਕੱਟੇ ਕੁੱਟੇ ਨਹੀਂ ਹਰ ਸਾਰੇ ਅਸੀਂ ਵੱਡੇ ਹਾਂ ਇਹ ਕੀ ਤਾਕਤ ਹੈ ਕਿੰਨੀਆਂ ਇਹਨੇ ਜਵਾਨ ਕਰਕੇ ਕਿੰਨੀਆਂ ਮੁੱਕਰ ਹੈ ਇੱਕ ਵੀ ਪੂਰ ਨਹੀਂ ਚੜ ਰਿਹਾ ਇਹ ਜਿਹੜੀ ਕੁਰਸੀ ਹੈ ਨਾ ਜਦ ਬੰਦਾ ਉਹਦੇ ਬਹਿ ਜਾਂਦਾ ਹੈ ਉਹਦੇ ਵਿੱਚ ਪਤਾ ਨਹੀਂ ਕੀ ਭਰਿਆ ਹੋਇਆ ਅੱਖਾਂ ਫੇਰ ਜਾਂਦਾ ਉਹੀ ਇਹੀ ਭਗਵੰਤ ਮਾਨ ਕਿੰਨੀਆਂ ਐਂ ਕਰੂੰ ਮੈਂ 2500 ਪਰਸਨ ਨੂੰ ਧਮਕਾ ਕਰੂੰਗਾ ਦਾਲ ਰੋਟੀ ਇਹਦਾ ਜਿਹੜੇ ਲੱਗੇ ਨੇ ਪਰਸਨ ਉਹ ਵੀ ਕੱਟਦੇ ਆ ਲੋਕਾਂ ਦੀਆਂ ਅਤੇ ਪਰਾਲੀ ਦਾ ਹੱਲ ਕਰੇ ਸਰਕਾਰ ਕਹਿੰਦੇ ਬਿਜਲੀ ਬਿਜਲੀ ਵਾਲਾ ਸਿਸਟਮ ਲਿਆਇਆ ਸੀ ਬਿਜਲੀ ਨਹੀਂ ਆ ਰਹੀ ਲੋਕ ਬਿਜਲੀ ਵਾਲਾ ਸਿਸਟਮ ਲਿਆਇਆ ਸੀ ਉਹ ਜਿਹੜਾ ਹੁਣ ਇਹਨੇ ਲਾਇਆ ਕਿ ਨਾ ਪਲਾਟ ਉਦਘਾਟਨ ਕਰਿਆ ਕੱਲ੍ਹ ਪਰਸੋਂ ਲੈ ਰਿਹਾ ਗਾਗਾ ਉਹਦਾ ਚਾਰ ਪਿੰਡਾਂ ਦੀ ਪਰਾਲੀ ਨਹੀਂ ਸਾਂਭ ਸਕਦੀ ਕੀ ਕਰੂਗੀ ਇਹ ਪਰਾਲੀ ਲਾਉਣ ਦਾ ਅੱਗ ਲਾਉਣ ਦਾ ਸਾਨੂੰ ਸ਼ੌਂਕ ਨਹੀਂ ਹੈਗਾ ਅਸੀਂ ਵੀ ਮਤਲਬ ਅਣਸਰਦੇ ਨੂੰ ਲਾਉਂਦੇ ਹਾਂ ਜੀਵ ਜੰਤ ਮਰਦੇ ਨੇ ਵਿਚਾਰੇ ਸਾਡੀ ਧਰਤੀ ਖਰਾਬ ਹੁੰਦੀ ਹੈ ਪਰ ਸਰਕਾਰ ਸਾਧਨ ਕਰੇ ਕੁਝ ਵੀ ਬਾਬਾ ਜੀ ਦਿਲ ਤੋਂ ਕਿਉਂ ਉਤਰੇ ਹੋਏ ਭਗਵੰਤ ਮਾਨ ਸਾਹਿਬ ਇੰਨਾ ਮਤਲਬ ਸਖਤ ਸ਼ਬਦਾਂ ਦਾ ਇਸਤੇਮਾਲ ਜਦ ਕੁਛ ਗਲਤੇ ਪੂਰੇ ਨਹੀਂ ਉੱਤਰਦੇ ਦਿਲ ਤੋਂ ਤਾਂ ਉੱਤਰ ਨਹੀਂ ਹੈ ਫਿਰ ਦਿਲ ਤੋਂ ਤਾਂ ਉੱਤਰਨਗੇ ਜਾਂ ਪੂਰੇ ਨਹੀਂ ਕਿਸੇ ਚੀਜ਼ ਤੋਂ ਉੱਤਰਦੇ ਪਹਿਲਾਂ ਤਾਂ ਕਹਿੰਦੇ ਹਜ਼ਾਰ ਹਜ਼ਾਰ ਰੁਪਏ ਅਸੀਂ ਮਾਈਆਂ ਨੂੰ ਭੇਜਾਂਗੇ ਭੇਜਿਆ 2500 ਰੁਪਇਆ ਪਿਲਸਣ ਦਾ ਕਰਾਂਗੇ ਦਿੱਤਾ ਕਿਸੇ ਨੂੰ ਉਹੀ 1500 ਹੈ ਇਸੇ ਨੂੰ ਦੱਬੀ ਫਿਰੀ ਜਾਂਦੇ ਨੇ ਫਿਰ ਕਹਿੰਦੇ ਨਰਮੇ ਦਾ ਅਸੀਂ ਇੱਕ ਮਹੀਨੇ 'ਚ ਪੈਸੇ ਦੇ ਦੇਵਾਂਗੇ ਦਿੱਤੇ ਕਿਸੇ ਨੂੰ ਗਲੀ ਵਾਲਾ ਪੈਸੇ ਨਹੀਂ ਦਿੱਤਾ ਫਿਰ ਹੋਰ ਦੱਸ ਇੱਕ ਇੱਕ ਹੋਰ ਚੀਜ਼ ਪੁੱਛਣਾ ਚਾਹਾਂਗਾ ਬਾਬਾ ਜੀ ਤੁਹਾਨੂੰ ਲੱਗਦਾ ਹੈ ਕਿ ਆਪਣਾ ਜਿਹੜਾ ਸੀਐਮ ਹੋਣਾ ਚਾਹੀਦਾ ਉਹ ਵੀ ਕਿਸਾਨੀ ਪਰਿਵਾਰ ਤੋਂ ਹੋਵੇ ਜਾਂ ਫਿਰ ਕਿਸਾਨੀ ਕਰਦਾ ਹੋਵੇ ਤਾਂ ਜ਼ਿਆਦਾ ਮੁਨਾਸਬ ਹੈ ਪੰਜਾਬ ਦੇ ਕਲਚਰ ਦੇ ਹਿਸਾਬ ਨਾਲ ਕਿਸਾਨੀ ਪਰਿਵਾਰ 'ਚੋਂ ਹੀ ਹੈ ਇਹ ਫਿਰ ਉਹੀ ਸਵਾਲ ਹੈ ਨਾ ਫਿਰ ਸਮਝ ਕਿਉਂ ਨਹੀਂ ਇਹ ਸਮਝਦਾ ਨਹੀਂ ਇਹਦੇ ਦਿਮਾਗ 'ਚ ਕਿੱਡਾ ਬੜਿਆ ਹੋਇਆ ਇਹਦੀ ਕੁਰਸੀ 'ਚ ਭਰਿਆ ਹੋਇਆ ਕੁਛ ਜਦ ਤਾਂ ਪਹਿਲਾਂ ਤਾਂ ਇਹ ਗੱਲ ਕਹਿੰਦਾ ਮੈਂ ਸਾਰੀਆਂ ਚੀਜ਼ਾਂ ਕਰੂੰਗਾ ਮੈਂ ਬੁੜੀਆਂ ਨੂੰ ਹਜ਼ਾਰ ਹਜ਼ਾਰ ਰੁਪਇਆ ਰਸੋਈ ਨੂੰ ਭੇਜੂੰਗਾ 2500 ਪੈਨਸ਼ਨ ਕਰੂੰਗਾ ਬਾਕੀ
जेड़ा होर रायतां ने वह करूंगा, इन्हें कख भी नहीं करया। कर करे है असं कहने भी ठीक है, जो कम बहुत है, सीएम है, इधर जाना हुंदा उधर जाना हुंदा, पंजाब दे पंजाब दे होर कम्मां दे विच भी रुझेवा होना दा। असीं तां इह गल नूं समझदे नहीं हांगे, जोगल तक साडा इह पूरा कम नहीं कर रहा, असीं तां इही आ बैठे असीं जोगल तक, चाहे 2 साल चले साडा कम, अजे तां बैठे हां घरे नहीं आए, तदों दे घरे नहीं आए जदों धरना मतबले नहीं असीं जांदे नहीं ਘਰੋਂ ਅਸੀਂ ਕਹਿਤਾ ਬੁੜੀਆਂ ਨੇ ਕਹਿੰਦੇ ਤੁਸੀਂ ਹੁਣ ਜਾਓ, ਕਹਿੰਦੇ ਅਸੀਂ ਵਿਹਲੀ ਹਾਂ ਇੱਥੇ, ਤੁਸੀਂ ਵਿਹਲੇ ਹੋ ਹੁਣ ਤੁਸੀਂ, ਅਸੀਂ ਇੱਥੇ ਪਰੋਠੇ ਦੜ ਕੇ ਫੜ ਕੇ ਉਰੇ ਸਭ ਘਰ ਰੋਟੀ ਸਾਡੇ ਨਾਲ ਸਾਨੂੰ ਵਧੀਆ ਭੇਜਦੀਆਂ ਨੇ, ਉੱਥੇ ਉਹਨਾਂ ਨੂੰ ਕਾਈਆਂ ਨੇ ਅਸੀਂ। ਅੱਛਾ ਉਰੇ ਮੌਜ ਹੈ, ਮੌਜ ਨਜ਼ਾਰਾ ਹੀ ਹੈ ਬਾਈ, ਜਾਣ ਲਾਉਣ ਨੂੰ ਤਿਆਰ ਹਾਂ, ਆਹ ਦੇਖ ਲੈ ਅਸੀਂ ਜਾਣ ਲਾਉਣ ਨੂੰ ਤਿਆਰ ਹਾਂ, ਅਸੀਂ ਕਿਸਾਨ ਹਾਂ, ਸਾਡੇ ਕੋਲ 5-5 ਕਿੱਲੇ ਵੀ ਬਹਾਨਦੇ ਨੇ, ਮੇਰੇ 2 ਲੜਕੇ ਨੇ 10 ਕਿੱਲੇ ਬਹਾਨਦੇ ਨੇ, ਟਰੈਕਟ ਮੇਰੇ ਕੋਲ ਛੋਟਾ ਛੋਟੇ ਭਾਈ, ਠੀਕ ਹੈ, ਮੇਰੇ ਕੋਲ ਵੱਡੀ ਗੁੰਜਾਇਸ਼ ਨਹੀਂ, ਅਤੇ ਘਰੇ ਕਬੀਲਦਾਰ 'ਚ ਤੰਗ ਆ, ਠੀਕ ਹੈ, ਇਹਨੇ ਸਾਡਾ ਵਾਇਦੇ ਕਰਕੇ ਪੰਤਮਾਨ ਜੀ ਨੇ, ਸਾਡਾ ਗਵਾਂਢੀ ਪਿੰਡ ਹੈ, ਇਹਦਾ ਸਟਾਊਟ ਪਿੰਡ ਹੈ, ਸਾਡਾ ਪਿੰਡ ਹੈ ਭਾਦੜਾ, ਬਲਦੇਵ ਮੇਰੇ ਨਾਂ ਹੈ, ਸਰਾਓ ਮੇਰਾ ਗੋਤ ਹੈ, ਵੀ ਇਹਨੂੰ ਪੂਰ ਉੱਤਰਨਾ ਚਾਹੀਦਾ। ਇੱਕ ਦੱਸੋ ਹੁਣ ਅੱਗ ਹੈ, ਹੁਣ ਅੱਗ ਬਿਨਾਂ ਮੇਰੇ ਕੋਲ 4-14 ਕਿੱਲੇ ਵਾਹਣ ਦੇ ਮੈਂ ਕਰੇ ਨਹੀਂ, ਮੈਂ ਅੱਗ ਕਿੱਥੋਂ ਨਾ ਲਾਵਾਂ ਜੀ, ਮੈਂ ਕਿੱਥੋਂ ਬੀਜੂੰਗਾ, ਮਸ਼ੀਨ ਮੇਰੇ ਕੋਲ ਵੱਡੀ ਹੈ ਨਹੀਂ, ਨਾ ਵੱਡਾ ਟਰੈਕਟ ਹੈ ਜੀ। ਇਹਨੇ ਕਈ ਗੱਲਾਂ ਸਾਡੇ ਨਾਲ ਕਰਕੇ ਅਸੀਂ ਇਹਨੂੰ ਵੋਟਾਂ ਪਾਈਆਂ ਨੇ, ਜੱਚ ਕੇ ਬੁਲਾਡਾ ਸਾਨੂੰ ਪੈਂਦਾ ਹੈ, ਵੀ ਇਹਨੇ ਤਾਂ ਸਾਨੂੰ ਗਵਾਂਢ ਦੀ ਉਹ ਕਰਿਆ, ਅਸੀਂ ਇਹਦੇ ਮਦਦ ਕਰੀ, ਇਹ ਕਿਉਂ ਨਹੀਂ ਕਰਦਾ, ਅਸੀਂ ਤਾਂ ਬਾਈ ਜਾਨ ਲਾਵਾਂਗੇ, ਹੈਂ ਅਸੀਂ ਨਾ ਜਾਈਏ ਉਹਨਾਂ ਉੱਪਰ, ਜਿੱਦਾਂ ਸਾਡੀਆਂ ਮੰਗਾਂ ਮੰਗਣੀਆਂ ਲਿਖਤੀ ਰੂਪ 'ਚ ਲਵਾਂਗੇ, ਅਸੀਂ ਕੋਈ ਬਿਲਕੁਲ ਸਾਫ਼ ਰੱਖਾਂਗੇ, ਕੋਈ ਅਸੀਂ ਧੱਕਾ ਨਹੀਂ ਕਰਦੇ, ਕੋਈ ਅਸੀਂ ਰੌਲਾ ਨਹੀਂ ਕਰਦੇ, ਅੱਛਾ ਪ੍ਰੇਮ ਨਾਲ ਆਏ ਹਾਂ, ਪ੍ਰੇਮ ਨਾਲ ਹੀ ਜਾਵਾਂਗੇ ਜਦੋਂ ਸਾਡੀਆਂ ਮੰਗੀਆਂ ਮੰਗੀਆਂ। ਹਾਂਜੀ ਬਾਬਾ ਜੀ, ਤੁਸੀਂ ਦੱਸੋ ਮੈਨੂੰ ਇੱਕ ਚੀਜ਼ ਇਮਾਨਦਾਰੀ ਨਾਲ, ਆਹ ਮੋਦੀ ਠੀਕ ਸੀ ਜਾਂ ਫਿਰ ਆਪਣਾ ਸੀਐਮ ਪੰਜਾਬ ਦਾ ਫਿਰ? ਹਾਂਜੀ ਮੋਦੀ ਸਾਹਿਬ ਵਧੀਆ, ਫਿਰ ਪੰਜਾਬ ਦੇ ਸੀਐਮ ਸਾਹਿਬ ਵਧੀਆ? ਨਾ ਮੋਦੀ ਵਧੀਆ, ਨਾ ਨਾ ਪੰਜਾਬ ਦੀ ਟੀਮ ਵਧੀਆ ਗਈ, ਇਸ ਨੇ ਸਾਡਾ ਬੇੜਾ ਗਰਕ ਕਰਤਾ ਪੰਜਾਬ ਦਾ। ਭਗਵੰਤ ਮਾਨ ਨੇ ਪਾ ਕੇ ਬੰਨ ਕੇ ਸੰਤਰੀ ਪੱਗ, ਪੱਗ ਸੰਗ ਵਾਲੀ ਪਾ ਕੇ ਪਰਨਾ, ਉਹਦੇ ਉਹਦਾ ਰੂਪ ਧਾਰ ਕੇ ਲੋਕਾਂ ਨੂੰ ਸਾਰੇ ਆਮਲੇ ਜਿਹੜੇ ਭੁਲੇਖੇ ਜਿਹੇ ਪਾ ਕੇ ਲੁੱਟਿਆ ਗਾ, ਖੜਕਾ ਖਾਣਾ ਸਹੁੰ ਚੁੱਕਿਆ ਭਗਤ ਸਿੰਘ ਦੇ, ਇੱਕ ਵੀ ਭਗਤ ਸਿੰਘ ਦੀ ਜਿਹੜੇ ਇੱਕ ਵੀ ਇੱਕ ਵੀ ਰਾਹ ਛੱਡਿਆ ਹੋਵੇ ਅਸੀਂ ਧੋਣਾ ਕਟਾ ਦਿਆਂਗੇ। ਲੋਕਾਂ ਨੂੰ ਗੁੰਮਰਾਹ ਕੀਤਾ ਭਗਤ ਸਿੰਘ ਦੀ ਦਾ ਸਾਜਬਾਜ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲਈਆਂ ਨੇ। ਚਲੋ ਠੀਕ ਹੈ ਬਾਬਾ ਜੀ, ਸਤਿ ਸ਼੍ਰੀ ਅਕਾਲ। ਨਹੀਂ ਅੱਗੇ ਚੱਲਦੇ ਹਾਂ, ਹੋਰ ਲੋਕਾਂ ਨਾਲ ਵੀ ਗੱਲਬਾਤ ਕਰਨੀ ਹੈ, ਅੱਗੇ ਲੈ ਚੱਲਦੇ ਤੁਹਾਨੂੰ, ਅਤੇ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਦੇਖ ਸਕਦੇ ਹੋ ਤੁਸੀਂ, ਹਰ ਪਾਸੇ ਧਰਨੇ ਦੀ ਤਸਵੀਰ ਨਜ਼ਰ ਆ ਰਹੀ ਹੈ, ਇੱਕ ਵੱਡੇ ਰੋਹ ਦਾ ਐਲਾਨ, ਜੰਗੇ ਐਲਾਨ ਇਹ ਨਜ਼ਰ ਆ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦਾ ਧਰਨਾ ਚੱਲ ਰਿਹਾ ਹੈ, ਅਤੇ ਕੇਂਦਰ ਸਰਕਾਰ ਦੇ ਖਿਲਾਫ਼, ਜਿਵੇਂ ਹੁਣ ਇੱਥੇ ਸਮੇਂ ਦੇ ਲਈ ਦਿੱਲੀ ਦੀਆਂ ਬਰੂਹਾਂ ਦੇ ਕਿਸਾਨ ਬੈਠੇ ਸਨ, ਅੱਜ ਪੰਜਾਬ ਸਰਕਾਰ ਦੇ ਖਿਲਾਫ਼ ਉਹੀ ਧਰਨਾ ਸ਼ੁਰੂ ਹੋ ਚੁੱਕਿਆ। ਹਾਲਾਂਕਿ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਦੀ ਗੱਲ ਕਰੀਏ ਤਾਂ ਐਤਕੀ ਗੁਲਾਬੀ ਸੁੰਡੀ ਉੱਤੇ ਮਾਮਲਾ ਫਸਿਆ ਹੋਇਆ, ਅਤੇ ਨਕਲੀ ਕੀਟਨਾਸ਼ਕ ਨਾਲ ਜੋ ਨੁਕਸਾਨ ਹੋਇਆ, ਗੜੇਮਾਰੀ ਕਰਕੇ ਜਾਂ ਫਿਰ ਵਾਇਰਲ ਰੋਗ ਵੀ ਫਸਲਾਂ ਨੂੰ ਨੁਕਸਾਨ ਪਹੁੰਚਾ ਚੁੱਕਿਆ, ਉਹ ਵੀ ਮੁੱਦਾ ਰਿਹਾ ਹੈ, ਅਤੇ ਪੂਰਾ ਮੁਆਵਜ਼ਾ ਕਾਸ਼ਤਕਾਰਾਂ ਕਿਸਾਨਾਂ ਉੱਤੇ ਅਤੇ ਖੇਤ ਮਜ਼ਦੂਰਾਂ 'ਚ ਤੁਰੰਤ ਵਧਾਉਣ ਆਦਿ ਦੀਆਂ ਮੰਗਾਂ ਲੈ ਕੇ ਇਹ ਧਰਨਾ ਚੱਲਦਾ ਹੋਇਆ ਨਜ਼ਰ ਆ ਰਿਹਾ। ਹੋਰ ਵੀ ਕਾਫੀ ਮੰਗਾਂ ਨੇ ਜਿਹਨੂੰ ਲੈ ਕੇ ਕਿਸਾਨ ਵੀਰ ਜਿਹੜੇ ਨੇ ਉਹ ਲਗਾਤਾਰ ਧਰਨਾ ਪ੍ਰਦਰਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਨੇ। ਕੋਸ਼ਿਸ਼ ਕਰਾਂਗੇ ਟੌਪ ਐਂਗਲ ਤੋਂ ਤੁਹਾਨੂੰ ਇੱਕ ਤਸਵੀਰ ਦਿਖਾਈਏ। ਮੈਂ ਚਾਹਾਂਗਾ ਤੁਸੀਂ ਸੁਖਵਿੰਦਰ ਇੱਥੇ ਚੜ ਕੇ ਟੌਪ ਐਂਗਲ ਤੋਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰੋ। ਪਿੱਛੇ ਤੱਕ, ਜਿੱਥੇ ਤੱਕ ਨਜ਼ਰ ਦੌੜਾਓਗੇ ਤੁਸੀਂ, ਹਰ ਪਾਸੇ ਕਿਸਾਨਾਂ ਦਾ ਇਸ ਤਰ੍ਹਾਂ ਧਰਨਾ ਤੁਹਾਨੂੰ ਨਜ਼ਰ ਆ ਜਾਏਗਾ। ਹਾਲਾਂਕਿ ਸਟੇਜ ਦੇ ਲਾਗੇ ਵੀ ਤੁਹਾਨੂੰ ਲਿਜਾਉਣ ਦੀ ਕੋਸ਼ਿਸ਼ ਕਰਾਂਗੇ, ਉੱਥੇ ਵੀ ਦਿਖਾਵਾਂਗੇ ਕਿ ਕਿਵੇਂ ਦਾ ਇਸ ਵਕਤ ਮਾਹੌਲ ਬਣਿਆ ਹੋਇਆ। ਐਵੇਂ ਕਿਸਾਨਾਂ ਨੇ ਮੰਜੇ ਡਾਏ ਹੋਏ ਨੇ ਅਤੇ ਟਰਾਲੀਆਂ ਨੂੰ ਆਪਣਾ ਘਰ ਬਣਾਇਆ ਹੋਇਆ, ਅਤੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਬਿਸਤਰੇ, ਗੱਦੇ ਅਤੇ ਗੈਸ ਸਿਲੰਡਰ ਤੋਂ ਲੈ ਕੇ ਹਰੇਕ ਸਾਜੋ ਸਮਾਨ ਜਿਹੜਾ ਹੈਗਾ ਕਿਸਾਨ ਵੀਰ ਆਪਣੇ ਨਾਲ ਲੈ ਕੇ ਆਏ ਨੇ, ਅਤੇ ਇੱਕ ਲੰਬੇ ਅੰਦੋਲਨ ਦੀ ਇੱਥੇ ਤਿਆਰੀ ਚੱਲ ਰਹੀ ਹੈ। ਕਿਉਂਕਿ ਜਦੋਂ ਮੋਦੀ ਦੇ ਖਿਲਾਫ਼ ਧਰਨਾ ਸ਼ੁਰੂ ਹੋਇਆ ਸੀ, ਦੇਸ਼ ਦੇ ਪ੍ਰਧਾਨ ਮੰਤਰੀ ਦੀ ਸਰਕਾਰ ਨੀਤੀਆਂ ਦੇ ਖਿਲਾਫ਼ ਜੋ ਧਰਨਾ ਚੱਲਿਆ ਸੀ, ਉਹਦੀ ਸ਼ੁਰੂਆਤ ਵੀ ਸੰਗਰੂਰ ਦੇ ਵਿੱਚੋਂ ਹੀ ਹੋਈ ਸੀ।
उस तो बाद पंजाब हरियाणा यूपी के किसान ने इकट्ठ करके एक बड़े अंदोलन की शुरुआत कर दी सी। गलबात कर दे बाबा जी, सत श्री अकाल। सत श्री अकाल भाई, असि इस जिले दे संगरूर जिले की, साडा इत्थे नेड़ी पिंड हैगा। बाबा जी देख रहे सारा समान तुस तां लै आए, लंबे अंदोलन की तैयारी है दिल्ली वांग? लंबा 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 बिना काम नहीं चलता ना, उरे की पता हुण की कुछ होगा की कुछ करना पऊगा। हले अज इहदी कोठी घेरांगे, कोठी घेर के ऐ नहीं पता कै दिन लगणगे, दो दिन लगणगे, चार दिन लगणगे, जिन्ना चिर मानदा नहीं उन्ना चिर अहीं छड्डणा नहीं। लंगर पानी अपना घर तो आ रहा पता ना जी? ना उरे बनाउने आ, हाँ सारा कुछ उरे आ। देखो थोड़े सामने दुध रखे, उधर अगे चाह का लंगर चल रहा है, जो मर्जी उरे रोटी टोका साडा दाल पानी का सारा सिस्टम हैगा, उरे लूण मिर्च मसाला सब जिन्ना भी है सर साडे कोल। बाबा जी मैं ना सत्त चीज़ां बारे गलबात कर रहा सी कि जिवें जिन्हां चों कुछ चीज़ां मैं दसदा तुहानूं, भाईचारक सांझ पैदा हुंदी है इदां दे अंदोलनां दे विच, एक सरकारां दे खिलाफ एक जिहड़ा सच है जां फिर गुब्बार है उहदे नाल हुंदा कि इह चंगा रिजल्ट आउंदा, जां तां सरकार सुधर जांदी है जां फिर आम लोकां दी मंगां नूं पूरा करदी है। ते दूजे पासे एक तीजा बेनीफिट इहदा इह हुंदा कि किसानी काम बंदे दी ताकत दी पछाण हुंदी आ। तुहानूं लगदा है इह चीज़ां होणियां जरूरी हुंदियां? एक अंदोलन जिहड़ा शांतिमय तरीके दे नाल हुंदा है, इह वी एक बहुत वड्डा मतलब कह सकदे कि डेमोक्रेटिक राइट है। हाँ जी हाँ, इह जिहड़ा अंदोलन शांतमई है, साडे वीर उरे बहुत कहिंदे ने वी उरे बैठण नाल की होऊगा। उरे बैठण नाल पहलां असीं दिल्ली 13 महीने बैठे हां, 13 महीने दे विच छेकण नूं उहनूं मन्नणा पिया ना, ਉਹੀ ਕੰਮ ਹੁਣ ਇਹਦਾ ਹੈ। ਉਰੇ ਅੱਜ ਅਸੀਂ 12ਵੇਂ ਦਿਨ 'ਚ ਆ ਗਏ, ਜੇ 12 ਦਿਨ ਸਾਨੂੰ ਲੱਗ ਜਾਣਗੇ ਹੋਰ ਲੱਗ ਜਾਣਗੇ, ਫਿਰ ਵੀ ਕੁਛ ਨਹੀਂ ਹੁੰਦਾ ਵਿਗੜਦਾ, ਸਾਡਾ ਕਣਕਾਂ ਜੀਰੀਆਂ ਸਾਡਾ ਸਭ ਕੁਛ ਬਣੀ ਜਾਂਦਾ ਪਿੱਛੇ। ਇਹਦਾ ਹੁਣ ਸਾਨੂੰ ਤਾਂ ਬੈਠਣਾ ਹੀ ਪੈਣਾ, ਜਦੋਂ ਮੰਨੀਆਂ ਹੋਈਆਂ ਮੰਗਾਂ ਸਾਨੂੰ ਲਿਖ ਕੇ ਦੇਣ 'ਚ ਇਹਨੂੰ ਕੀ ਨੁਕਸਾਨ ਹੁੰਦਾ, ਜਦ ਇਹ ਮੰਨੇ ਮੰਗਾਂ। ਹੁਣ ਲੋਕਾਂ ਨੂੰ ਟੈਲੀਵਿਜ਼ਨਾਂ 'ਚ ਬੋਲਦਾ, ਹੋਰ 'ਚ ਬੋਲਦਾ, ਮੈਂ ਮੰਗਾਂ ਦਾ ਮੰਨ ਲਿਆ, ਧਰਨਾ ਕਾਹਤੋਂ ਲਾਇਆ? ਧਰਨਾ ਅਸੀਂ ਮੰਗਾਂ ਲਾਗੂ ਕਰਾਉਣ ਵਾਸਤੇ ਲਾਇਆ, ਧਰਨਾ ਅਸੀਂ ਐਂ ਨਹੀਂ ਲਾਇਆ ਵੀ ਮੰਗਾਂ ਮਨਾਉਣ ਵਾਸਤੇ ਲਾਇਆ, ਮੰਗਾਂ ਤਾਂ ਮੰਨਿਆ ਹੋਇਆ, ਮੰਨੀਆਂ ਹੋਈਆਂ ਮੰਗਾਂ। ਉਹ ਮਤਲਬ ਕਹਿਣ ਔਰ ਕਰਨ 'ਚ ਫਰਕ ਹੁੰਦਾ? ਹਾਂ, ਕਹਿਣੀ ਤਾਂ ਕਹਿਣਾ ਕੁਛ ਹੈ, ਕਰਨਾ ਕੁਛ ਹੈ, ਉਹ ਗੱਲਾਂ ਕਰਦਾ ਹੈਗਾ ਇਹ ਹਰੇਕ ਗੱਲਾਂ। ਕੱਲ੍ਹ ਤਾਂ ਕਹਿੰਦੇ ਆ ਕਹਿੰਦਾ ਮੈਂ ਕਿਤੇ ਧਰਨਾ ਲੱਗਣ ਨਹੀਂ ਦਿੰਦਾ, ਲੱਗਣਾ ਹੀ ਕਹਿੰਦੇ ਮੈਂ ਜ਼ੋਰ ਨਾਲ ਨਹੀਂ ਲੱਗਣ ਦਿੰਦਾ, ਇਹਦਾ ਮਤਲਬ ਤਾਂ ਇਹ ਹੋ ਗਿਆ ਨਾ। ਉਰੇ 44 ਲਾਈ ਇਹਨੇ, ਉਦੋਂ ਅਸੀਂ ਨੇ ਧਰਨਾ ਲਾਇਆ ਮਜ਼ਦੂਰਾਂ ਦਾ ਲਵਾਇਆ, ਹੁਣ 44 ਲਾਈ ਤੁਸੀਂ ਹੁਣ ਵੀ ਮਜ਼ਦੂਰਾਂ ਦਾ ਲਾਇਆ, ਅੱਜ ਨੇ ਇੰਨੀ ਪੁਲਿਸ ਮੰਗਾ ਰੱਖੀ ਆ ਅਤੇ ਹੱਦ ਤੋਂ ਵੱਧ, ਕੁਛ ਮਰਜ਼ੀ ਕਰੀ ਜਾਵੇ ਇਹ, ਉਹਦਾ ਇਹਨਾਂ ਦੇ ਬੈਰੀਬੂਰੀ ਗੇਟ ਮਿੰਟਾਂ 'ਚ ਤੋੜ ਕੇ ਲੰਘ ਜਾਣਗੇ, ਜਦੋਂ ਖੱਟਰ ਵਾਲੇ ਨਹੀਂ ਛੱਡੇ ਐਡੇ ਐਡੇ ਤਾਂ ਗੱਲ ਹੀ ਕੁਛ ਨਹੀਂ। ਬਿਲਕੁਲ, ਬਾਬਾ ਜੀ ਨਾਲ ਵੀ ਗੱਲਬਾਤ ਕਰਦੇ ਹਾਂ। ਬਾਬਾ ਜੀ ਇਸ ਵੈਲ 'ਤੇ ਤਾਂ ਚਲੋ ਪੰਜਾਬ ਦੇ ਕਿਸਾਨਾਂ ਦਾ ਸਾਥ ਦਿੱਤਾ ਪੰਜਾਬ ਦੇ CM ਦੇ ਨੇ, ਪਰ ਫਿਰ ਵੀ ਤੁਹਾਨੂੰ ਲੱਗਦਾ ਕਿ ਸੈਂਟਰ ਵਰਗਾ ਮਾਹੌਲ ਨਾ ਬਣਾਵੇ ਪੰਜਾਬ ਦੇ ਵਿੱਚ ਜਿਵੇਂ ਦਿੱਲੀ ਦੀ ਅਬਰੂਹਾਂ 'ਤੇ ਹੋਇਆ? ਉਹੀ ਕੁਛ ਬਣੂਗਾ ਜੀ, ਜਿਹੜਾ ਕੁਛ ਦਿੱਲੀ ਦੀਆਂ ਅਬਰੂਹਾਂ 'ਤੇ ਹੋਇਆ ਉਹੀ ਇੱਥੇ ਬਣੂਗਾ, ਜ਼ਖੀਰਾਂ ਕਢਾ ਕੇ ਜਾਵਾਂਗੇ ਇਹਦੀਆਂ। ਇਹ ਤਾਂ ਜਨਤਾ ਹੈ, ਜਿੱਥੇ ਸਿਰ ਜੁੜ ਗਏ ਲੋਕ ਜਨਤਾ ਦੇ, ਜਨਤਾ ਨਾਲੋਂ ਵੱਡਾ ਕੋਈ ਨਹੀਂ ਹੈਗਾ, ਕੋਈ ਮੁੱਖ ਮੰਤਰੀ ਆ, ਕੋਈ ਪ੍ਰਧਾਨ ਮੰਤਰੀ ਹੈ, ਚਾਹੇ ਕੁਛ ਹੈ, ਇਹਦਾ ਸਭ ਦੀਆਂ ਲਕੀਰਾਂ ਕਢਾ ਦਿੰਦੀ ਆ। ਇੱਕ ਹੋਰ ਬਾਬਾ ਜੀ ਮੈਨੂੰ ਚੀਜ਼ ਦੱਸਿਓ, ਬਾਕੀ ਕਿਸਾਨ ਆਗੂਆਂ ਦੇ ਵੱਲ ਜੇ ਮੈਂ ਝਾਤ ਮਾਰਾਂ ਤਾਂ ਕਈ ਤਰ੍ਹਾਂ ਦੇ ਇਲਜ਼ਾਮ ਵੀ ਲੱਗੇ, ਪਰ ਉਗਰਾਹਾ ਅਤੇ ਬਾਕੀ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੇ ਵਿੱਚ ਕੀ ਫਰਕ ਆ? ਫਰਕ ਤਾਂ ਆਪਾਂ ਉਹਦੀ ਵਿਚਾਰਧਾਰਾ ਦਾ, ਇਹਨਾਂ ਦੀ ਵਿਚਾਰਧਾਰਾ ਦਬਲੇ ਕੁਛ ਦਬੇ ਕੁਚਲੇ ਲੋਕਾਂ ਵਾਸਤੇ ਹੈ, ਉਹਨਾਂ ਦੀ ਕੁਰਸੀਆਂ ਵਾਸਤੇ ਹੈ, ਉਹਨਾਂ ਨਾਲ ਤਾਂ ਹੀ ਲੋਕ ਜੁੜਦੇ ਨੇ, ਇਹਨਾਂ ਨਾਲ ਤਾਂ ਹੀ ਜੁੜਦੇ ਨੇ, ਜਿੰਨੇ ਦੱਬੇ ਕੁਚਲੇ ਲੋਕ ਨੇ ਉਹਨਾਂ ਦੇ ਇਹ ਹਮਾਇਤੀ ਨੇ, ਜਿੱਥੇ ਵੀ ਸਰਕਾਰਾਂ ਧੱਕਾ ਕਰਦੀਆਂ ਨੇ। ਦੇਖੋ ਮੈਨਗਦ ਹੈ, ਜੇ ਜ਼ਿਮੀਂਦਾਰ ਆਪਦੇ ਖੇਤ 'ਚੋਂ ਉੱਚੇ 'ਚੋਂ ਮਿੱਟੀ ਚੱਕ ਕੇ ਨੀਵੇਂ ਸਿੱਟਦੇ, ਉਹਨੂੰ ਮੈਨਗ ਬਣਾ ਕੇ ਉਹਦੇ ਪਰਚੇ ਪਾਉਂਦੇ ਨੇ, ਉਹਦੇ ਨਾਲ ਇਹ ਖੜੇ ਨੇ। ਜੇ ਕਿਸੇ ਗਰੀਬ ਦੇ ਘਰ ਢਾਉਂਦੇ ਨੇ ਧੱਕੇ ਨਾਲ, ਉੱਥੇ ਉਹਨਾਂ ਦੇ ਬਰਾਬਰ ਇਹ ਜਥੇਬੰਦੀ ਖੜਦੀ ਹੈ, ਤਾਂ ਹੀ ਲੋਕ ਇਹਨਾਂ ਦੀ ਹਮਾਇਤ 'ਚ ਨੇ, ਇਹੀ ਚੀਜ਼ਾਂ ਨੇ ਬਸ। ਕਿੰਨਾ ਕੁ ਇਕੱਠ ਲੱਗਦਾ ਜੀ ਉਰੇ, ਕਿੰਨਾ ਇਕੱਠ ਹੋਜੂਗਾ ਸ਼ਾਮ ਤੱਕ? ਇਕੱਠ ਤਾਂ ਜੀ ਹੁਣ ਲੱਖਾਂ ਦੇ ਹਿਸਾਬ ਨਾਲ ਹੋਏ, ਤਾਂ ਅਸਲ ਤੁਸੀਂ ਲਾਓਗੇ ਜਿਹੜੀ ਆ, ਸਾਤੋਂ ਹੀ ਲੱਗਦਾ। ਹਾਂ ਪਰ ਬਾਬਾ ਜੀ ਇੱਕ ਹੋਰ ਚੀਜ਼ ਹੈ, ਬਾਕੀ ਮੀਡੀਆ ਤਾਂ ਨਜ਼ਰ ਨਹੀਂ ਆਇਆ, ਅਸੀਂ ਇਕੱਲੇ ਹੀ ਤੁਰੇ ਫਿਰਦੇ ਹਾਂ, ਮਤਲਬ ਸਰਕਾਰ ਦੇ ਅੰਡਰ ਮੈਂ ਕਹਿ ਸਕਦਾ ਪ੍ਰੈਸ਼ਰ ਹੈ ਲੋਕਾਂ ਮਤਲਬ ਮੀਡੀਆ 'ਤੇ ਵੀ? ਹੋ ਸਕਦਾ ਪ੍ਰੈਸ਼ਰ ਪੂਰਾ ਪਾਉਂਦੇ ਨੇ ਇਹ, ਜਿੰਨਾ ਕੋਈ ਮੀਡੀਆ ਵਾਲਾ ਜਿਹੜਾ ਸਹੀ ਗੱਲ ਦੱਸਦਾ ਉਹਨੂੰ ਤਾਂ ਉਰੇ ਆਉਣੇ ਨਹੀਂ ਦਿੰਦੇ, ਦੂਜਿਆਂ ਨੂੰ ਆਪਦਿਆਂ ਨੂੰ ਲਿਆਉਣਗੇ, ਜੇ ਲਿਆਉਣਗੇ ਜਿਹੜੇ ਉਹਨਾਂ ਦੀ ਗੱਲ ਕਰਨਗੇ, ਜਿੰਨੀ ਮੀਡੀਆ ਉਰੇ ਆਉਂਦੇ ਨੇ ਘਰ ਵਿੱਚ ਬਹੁਤ ਬੰਦੇ, ਪਰ ਜ਼ਿਆਦਾ ਗੱਲਬਾਤ ਉੱਧਰ ਹੀ ਚੱਲਦੀ ਹੈ। ਨਿਡਰ ਨਿਸ਼ਪਕਸ਼ ਬੇਬਾਕ, ਹਮ ਹੈ ਫੈਕਟ ਨਿਊਜ਼।